ਪਿਆਰੇ ਦਰਸ਼ਕੋ, ਅੱਜ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ 133ਵਾਂ ਜਿਹੜਾ ਜਨਮ ਦਿਹਾੜਾ ਜਿਹੜਾ DSS ਦਲ ਵੱਲੋਂ ਜਿਹੜਾ ਮਨਾਇਆ ਗਿਆ, ਇਹਦੇ ਵਿੱਚ ਅੱਜ ਸਮੂਹ ਅਹੁਦੇਦਾਰ ਜਿਹੜੇ ਨੈਸ਼ਨਲ ਲੈਵਲ ਦੇ ਇੱਥੇ ਇਕੱਤਰ ਹੋਏ ਨੇ ਅਤੇ ਸਾਰੇ ਜ਼ਿਲ੍ਹੇ ਤੋਂ ਵੀ ਜਿਹੜੇ ਮੈਂਬਰ ਸਾਹਿਬਾਂ ਨੇ ਪਹੁੰਚੇ ਨੇ। ਪਹਿਲਾਂ ਗੱਲਬਾਤ ਕਰਦੇ ਹਾਂ, ਅੱਜ ਦਾ ਜਿਹੜਾ ਜਨਮ ਦਿਹਾੜਾ ਜੋ ਸਾਹਿਬ ਮਨਾਇਆ ਗਿਆ, ਇਸ ਤੋਂ ਬਾਰੇ ਮਿਲ ਗਿਆ। ਅੱਜ DSS ਕੀ ਤਰਫ ਸੇ ਰੋਪੜ ਮੇਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਕੇ 133ਵੇਂ ਜਨਮ ਜਯੰਤੀ ਕੇ ਉਪਲਕਸ਼ ਮੇਂ ਕਾਰਜਕ੍ਰਮ ਕਾ ਆਯੋਜਨ ਹੁਆ। ਬਹੁਤ ਅੱਛਾ ਕਾਰਜਕ੍ਰਮ ਥਾ, ਸਮਾਜ ਸੇ ਔਰ ਬਾਬਾ ਸਾਹਿਬ ਕੀ ਵਿਚਾਰਧਾਰਾ ਸੇ ਜੁੜੇ ਹੋਏ ਲੋਕ ਯਹਾਂ ਪਰ ਆਏ, ਉਨ ਲੋਗੋ ਨੇ ਬਾਬਾ ਹਮ ਲੋਗੋ ਨੇ ਉਨਕੋ ਬਾਬਾ ਸਾਹਿਬ ਕੀ ਵਿਚਾਰਧਾਰਾ ਸੇ ਅਵਗਤ ਕਰਾਇਆ ਔਰ ਆਗੇ ਬਾਬਾ ਸਾਹਿਬ ਕੀ ਵਿਚਾਰਧਾਰਾ ਪਰ ਚਲਤੇ ਹੋਏ ਸਮਾਜ ਕੋ ਇਕਜੁੱਟ ਕਰਨੇ ਕਾ ਸੰਦੇਸ਼ ਜੋ ਯਹਾਂ ਪਰ ਆਏ ਸਭੀ ਨੇ ਲਿਆ। इसका मैं यहाँ पहुँचे सभी का धन्यवाद करना चाहूँगा और धन्यवाद करना चाहूँगा लो मट्टू जी का, जिन्होंने पूरे देश में दलित समाज के लोगों को एक सूत्र में पिरोकर दलित समाज पर हो रहे अत्याचार या जो भी इनके कष्ट आते हैं उनका ये निर्वहन करने में अपनी अहम भूमिका निभाते हैं। तो लो मट्टू जी का धन्यवाद और कार्यक्रम आयोजक समिति का भी बहुत धन्यवाद आप सबका। थैंक यू, धन्यवाद। चावल की जाबी जी ਦਲੀ ਸੁਰੱਖਿਆ ਸਾਨਾ DSS ਭਾਰਤ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਰੋਪੜ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰ ਜੋ ਮੁੱਖ ਸੰਚਾਲਕ ਸਾਹਿਬ ਜ਼ਿਲ੍ਹਾ ਸਿੰਘ ਜੀ ਵੱਲੋਂ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜਿਹੜਾ ਜਨਮ ਦਿਹਾੜਾ ਮਨਾਇਆ ਗਿਆ ਵਾ ਔਰ ਅੱਜ ਦੇ ਜਿਹੜਾ ਜਨਮ ਦਿਵਸ ਦੇ ਉੱਤੇ ਪੂਰੇ ਦੇਸ਼ ਵਾਸੀਆਂ ਨੂੰ ਮੈਂ ਜਿਹੜਾ ਇਹਦਾ ਪ੍ਰੋਗਰਾਮ ਕੀਤਾ ਦਲੀ ਸੁਰੱਖਿਆ ਸਾਨਾ ਵੱਲੋਂ ਪੂਰੀ ਟੀਮ ਨੂੰ ਵਧਾਈਆਂ ਦਿੰਦਾ ਵਾਂ ਔਰ ਨਾਲ ਦੀ ਨਾਲ ਇੱਕ ਮੈਸੇਜ ਦੇਣਾ ਚਾਹਾਂ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੂੰ ਜਿਹੜੇ ਵਿਚਾਰ ਧਰਮ ਫੋਲੋ ਕਰਦੇ ਆ ਉਹ ਬੜੇ ਹੀ ਵਧੀਆ ਲੋਕ ਆ ਔਰ ਮੇਰੇ ਇੱਕੋ ਹੀ ਬੇਨਤੀ ਪੂਰੇ ਸਮਾਜ ਨੂੰ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਵਿਚਾਰ ਦਾ ਨਾਂ ਜੋੜਿਆ ਜਾਵੇ ਔਰ ਐਜੂਕੇਸ਼ਨ ਦੇ ਮਾਧੇ ਨੂੰ ਲੈ ਕੇ ਐਜੂਕੇਸ਼ਨ ਉੱਤੇ ਜਦ ਤੋਂ ਜ਼ਿਆਦਾ ਜਾਗਰੂਕ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦਲੀ ਸਮਾਜ ਦੇ ਬੱਚਿਆਂ ਜਾਂ ਅਦਰ ਸਮਾਜ ਦੇ ਬੱਚੇ ਆ ਵਧੀਆ ਪੜ੍ਹ ਲਿਖ ਸਕਣ ਔਰ ਆਪਣੇ ਦੇਸ਼ ਅਤੇ ਧਰਮ ਦੇ ਲਈ ਬਚਣ ਕੇ ਗੱਲ ਕਰ ਸਕਣ। ਜਿਹੜਾ ਪ੍ਰੋਗਰਾਮ ਹੈ ਬਾਬਾ ਸਾਹਿਬ ਅੰਬੇਡਕਰ ਭੀਮ ਰਾਓ ਦਾ, ਮੈਂ 133ਵੇਂ ਜਨਮ ਦਿਨ 'ਤੇ ਸਾਰਿਆਂ ਨੂੰ ਇੱਥੇ ਆਇਆਂ ਨੂੰ ਤਹਿ ਦਿਲੋਂ ਵਧਾਈਆਂ ਦਿੰਦਾ ਔਰ ਜਿਹੜੇ ਦਰਬਰਦਾਰ ਅਹੁਦੇਦਾਰ 'ਤੇ ਇੱਥੇ ਪਹੁੰਚੇ ਨੇ, ਜਿਹੜੇ ਦੂਰੋਂ ਬੰਦੇ ਆਏ ਨੇ ਉਹ ਸਾਰੇ ਹੀ ਸਿਰ ਮੱਥੇ 'ਤੇ ਨੇ, ਕਿਉਂਕਿ ਇਹ ਦਲਿਤ ਸੁਰੱਖਿਆ ਸੈਨਾ DSS ਭਾਰਤ ਦਾ ਪ੍ਰੋਗਰਾਮ ਨਹੀਂ, ਇਹ ਸਾਰੀ ਦੁਨੀਆ ਦਾ ਪ੍ਰੋਗਰਾਮ ਹੈ। ਬਾਬਾ ਸਾਹਿਬ ਕਿਸੇ ਇੱਕ ਦਾ ਨਹੀਂ, ਇਹ ਸਾਰੀ ਦੁਨੀਆ ਦਾ ਹੈ। ਬਾਬਾ ਸਾਹਿਬ ਨੇ ਸਭ ਨੂੰ ਬਰਾਬਰਤਾ ਦਿੱਤੀ ਹੈ, ਸਭ ਨੂੰ ਅਧਿਕਾਰ ਦਿੱਤੇ ਨੇ। ਜਿਹੜੀ ਬਾਬਾ ਸਾਹਿਬ ਨੇ ਕਿਵੇਂ ਜੀ ਕਿਤਾਬ ਦਿੱਤੀ ਹੈ ਭਾਰਤ ਰਤਨ ਨੇ, ਉਹਦੇ ਨਾਲ ਪੂਰਾ ਦੇਸ਼ ਚੱਲ ਰਿਹਾ, ਦੇਸ਼ ਦੇ ਨਾਲ ਸੰਵਿਧਾਨ ਨਹੀਂ ਚੱਲ ਰਿਹਾ, ਸੰਵਿਧਾਨ ਦੇ ਨਾਲ ਪੂਰਾ ਦੇਸ਼ ਚੱਲ ਰਿਹਾ। ਅਤੇ ਜਿਹੜੇ ਇੱਥੇ ਪਹੁੰਚੇ ਨੇ ਸਾਡੇ ਹੋਣਹਾਰ ਮੁਕੇਸ਼ ਵਾਲਮੀਕੀ ਜੀ ਸੁੱਚਮੇ ਮੰਤਰਾਲੇ ਤੋਂ BJP ਦੇ ਮੰਤਰੀ ਨੇ, ਸਾਡੇ ਲਮਟੂ ਜੀ ਚੇਅਰਮੈਨ ਭਾਰਤ ਦੇ, ਰਾਵਲ ਮਲਿਕ ਜੀ ਰਾਸ਼ਟਰੀ ਪ੍ਰਧਾਨ ਭਾਰਤ ਦੇ, ਔਰ MC ਸਾਹਿਬ ਸਾਡੇ ਖਰੜ ਤੋਂ ਮੌਜੂਦਾ, ਗੁਰਪ੍ਰੀਤ ਸਿੰਘ ਜੀ ਬਾਬਾ ਜੀ ਸਾਡੇ ਬਾਬਾ ਜੀ ਨਾਲ ਇੱਧਰ ਆਓ, ਅਤੇ ਇੱਥੇ ਜਿਹੜੇ ਪਹੁੰਚੇ ਨੇ ਦਰਬਰਦਰ ਚੇਅਰਮੈਨ ਔਰ ਅਹੁਦੇਦਾਰ ਸਾਡੇ ਅਟਵਾਲ ਸਾਹਿਬ ਸਤੀਸ਼ ਡਮਾਣਾ ਜੀ, ਬਹੁਤ ਹੀ ਜਿਹੜੇ ਨੇੜੇ ਤੋਂ ਨੇ, ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਬਾਬਾ ਸਾਹਿਬ ਦੀ ਜਯੰਤੀ 'ਤੇ 133ਵੀਂ ਜਯੰਤੀ 'ਤੇ ਜਿਨ੍ਹਾਂ ਨੇ ਰਲ ਕੇ ਸਹਿਯੋਗ ਕੀਤਾ, ਦਿਨ ਰਾਤ ਮੇਰੇ ਨਾਲ ਖੜ੍ਹੇ ਰਹੇ ਨੇ ਔਰ ਦੂਰੋਂ ਨੇੜੋਂ ਜਿਹੜੀ ਪਬਲਿਕ ਆਈ ਉਹ ਸਾਰੀ ਸਿਰ ਮੱਥੇ 'ਤੇ ਹੈ। ਜਾਤੀ ਤੋੜੋ, ਧਰਮ ਤੋੜੋ, ਜਾਤ ਕੋ ਜੋੜੋ, ਦੇਸ਼ ਕੋ ਜੋੜੋ, ਇਹ ਸੰਦੇਸ਼ ਅਸੀਂ ਸਮਾਜ ਨੂੰ ਔਰ ਦੇਸ਼ ਨੂੰ ਦੇਣਾ ਚਾਹੁੰਦੇ ਹਾਂ ਦਲਿਤ ਸੁਰੱਖਿਆ ਸੈਨਾ ਦੇ ਮਹੱਤਵ ਤੋਂ। ਬਾਬਾ ਸਾਹਿਬ ਨੇ ਸਭ ਕੁਝ ਨੂੰ ਸਭ ਨੂੰ ਬਰਾਬਰ ਦਾ ਹੱਕ ਦਿੱਤਾ ਹੈ, ਪਰ ਉਹ ਬਾਬਾ ਸਾਹਿਬ ਨੂੰ ਮੰਨਣ ਜਾਂ ਨਾ ਮੰਨਣ, ਉਹ ਬਾਬਾ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਪਰਮਾਤਮਾ ਨੂੰ ਮੰਨਾਂ ਜਾਂ ਨਾ ਮੰਨਾਂ, ਉਹ ਮੇਰਾ ਆਪਣਾ ਨਿੱਜੀ ਮਾਮਲਾ ਹੈ।
ਪਰ ਬਾਬਾ ਸਾਹਿਬ ਨੇ ਸਭ ਨੂੰ ਪ੍ਰੋਪਰ ਹੱਕ ਦਿੱਤਾ ਜੇ ਜਿਹੜੀ ਬਾਬਾ ਜੀ ਦੋ ਕਿਰਪਾਨਾਂ ਲੈ ਕੇ ਖੜਿਆ ਆਰਟੀਕਲ 25 ਦੇ ਵਿੱਚ ਸੰਵਿਧਾਨ ਦੇ ਵਿੱਚ ਉਹ ਲਿਖਿਆ ਵੀ ਪੂਰਾ ਸਿੰਘ ਹੋਵੇ, ਪੂਰਾ ਸਿੰਘ ਹੋਵੇ, ਪੂਰਾ ਬਾਣੇ 'ਚ ਹੋਵੇ, ਉਹ ਦੋ ਕਿਰਪਾਨਾਂ ਦੋ ਸ਼ਸਤਰ ਹਰ ਟਾਈਮ ਰੱਖ ਸਕਦਾ। ਅਸੀਂ ਸਾਦੇ ਹਾਂ, ਅਸੀਂ ਸ਼ਸਤਰ ਨਹੀਂ ਰੱਖ ਸਕਦੇ। ਇਸ ਕਰਕੇ ਰੰਗਰੇਟਿਆਂ ਨੂੰ ਔਰ ਮਜ਼ਬੀਆਂ ਨੂੰ ਔਰ ਸਰਦਾਰਾਂ ਨੂੰ ਜੱਟਾਂ ਨੂੰ ਸਭ ਦਾ ਬਰਾਬਰਤਾ ਲਿਆ ਕੇ ਦਿੱਤੀ ਹੈ। ਚਾਹੇ ਉਹ ਬਾਬਾ ਸਾਹਿਬ ਨੂੰ ਗਾਲਾਂ ਕੱਢਣ, ਬਾਬਾ ਸਾਹਿਬ ਨੂੰ ਮਾੜਾ ਕਹਿਣ, ਉਹਨਾਂ ਨੂੰ ਲੋੜ ਹੈ ਸੰਵਿਧਾਨ ਪੜ੍ਹਨ ਦੀ, ਸੰਵਿਧਾਨ ਨੂੰ ਫੋਲੋ ਕਰਨ ਦੀ, ਬਾਬਾ ਸਾਹਿਬ ਨੂੰ ਫੋਲੋ ਕਰਨ ਦੀ, ਬਾਬਾ ਸਾਹਿਬ ਦੀਆਂ ਕਈਆਂ ਗੱਲਾਂ ਨੂੰ ਮੰਨਣ ਦਾ ਨਹੀਂ, ਬਾਬਾ ਸਾਹਿਬ ਨੂੰ ਫੋਲੋ ਕਰਨ ਦੀ ਲੋੜ ਹੈ। ਜੇ ਬਾਬਾ ਸਾਹਿਬ ਨੂੰ ਫੋਲੋ ਕਰਾਂਗੇ ਤਾਂ ਦਿੱਲੀ ਦੇ ਤਖ਼ਤ 'ਤੇ ਬੈਠਾਂਗੇ, ਨਹੀਂ ਤਾਂ ਇੱਥੇ ਝਾੜੂ ਮਾਰੀ ਜਾਵਾਂਗੇ। ਜੈ ਟੀਮ, ਜੈ ਭਾਰਤ। ਬਿਲਕੁਲ ਜੀ, ਬਹੁਤ ਵਧੀਆ ਤੁਸੀਂ ਵਿਚਾਰ ਆਪਣੇ ਰੱਖੇ। ਪੰਕਜ ਬਾਜਵਾ, ਪੰਕਜ ਬਾਜੀ, ਮੈਂ ਦੇਖਿਆ ਤੁਹਾਡੀ ਤੁਸੀਂ ਸਪੀਚ ਦਿੱਤੀ ਹੈ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਵੀ ਪਾਰਟੀ ਬਾਜ਼ ਤੋਂ ਉੱਠ ਕੇ ਸਾਨੂੰ ਇੱਕ ਸਮਾਜ ਨਾਲ ਜੁੜਨਾ ਚਾਹੀਦਾ। ਜੀ ਬਿਲਕੁਲ ਸਹੀ ਗੱਲ ਆ, ਪਾਰਟੀਬਾਜ਼ੀ ਦਾ ਜਦੋਂ ਆਪਾਂ ਜੁੜੇ ਰਹਾਂਗੇ, ਹਰ ਪਾਰਟੀ ਦਾ ਮਿਸ਼ਨ ਹੁੰਦਾ ਵਾ ਕਿ ਸਮਾਜ ਨੂੰ ਤੋੜਨ ਦਾ, ਚਾਹੇ ਉਹ ਕੋਈ ਵੀ ਪਾਰਟੀ ਹੋਵੇ, ਰਾਸ਼ਟਰੀ ਪਾਰਟੀ ਹੋਵੇ, ਲੋਕਲ ਪਾਰਟੀ ਹੋਵੇ, ਉਹਨਾਂ ਨੂੰ ਪਤਾ ਵਾ ਸਮਾਜ ਆਪਸ 'ਚ ਪਾਟਿਆ ਰਹੂਗਾ, ਇਹ ਲੋਕ ਆਪਸ 'ਚ ਲੜਦੇ ਰਹੂਗੇ ਅਤੇ ਸਾਡੀ ਸੱਤਾ ਕਾਇਮ ਰਹੂਗੀ। ਇਸੇ ਲਈ ਮੈਂ ਸਾਰਿਆਂ ਨੂੰ ਅਪੀਲ ਵੀ ਕੀਤੀ ਹੈ ਜਦੋਂ ਇੱਥੇ ਮੈਂ ਸਪੀਚ ਕਰ ਰਿਹਾ ਸੀ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਨਾਲ ਸਾਂਝਕ ਬਣੀਏ, ਇੱਕ ਨੁਮਾਇੰਦਾ ਚੁਣੀਏ ਔਰ ਉਹਨੂੰ ਲੋਕ ਸਭਾ ਵਿਧਾਨ ਸਭਾ 'ਚ ਭੇਜੀਏ ਜਿਹੜਾ ਹੱਕ ਸੱਚ ਦੀ ਗੱਲ ਕਰ ਸਕੇ। ਪਾਰਟੀ ਦੀ ਗੱਲ ਨਹੀਂ ਹੋਣੀ ਚਾਹੀਦੀ, ਪਾਰਟੀਆਂ ਤਾਂ ਆਉਂਦੀਆਂ ਰਹਿੰਦੀਆਂ, ਪਾਰਟੀਆਂ ਤਾਂ ਆਪਣੇ ਨਾਲ ਜੋੜਦੀਆਂ, ਹਰ ਇੱਕ ਪਾਰਟੀ ਆਪਣੇ ਨਾਲ ਜੋੜਦੀ, ਪਰ ਵੋਟ ਦਾ ਹੀ ਅਧਿਕਾਰ ਸੀ ਹੁੰਦੀ ਹੈ। ਦੇਖੋ ਜਿਹੜੀ ਵੋਟ ਦੀ ਤਾਕਤ ਆ, ਬੜੀ ਵੱਡੀ ਤਾਕਤ ਆ ਮਤਦਾਨ, ਅਸੀਂ ਆਪਣੀ ਇੱਕ ਬੁੱਧੀ ਦਾਨ ਕਰਨ ਲੱਗੇ ਹਾਂ, ਸਾਨੂੰ ਬਹੁਤ ਸੋਚ ਸਮਝ ਕੇ ਬੁੱਧੀ ਦਾਨ ਕਰਨੀ ਚਾਹੀਦੀ ਆ, ਹਰ ਚੀਜ਼ ਨੂੰ ਦੇਖਣਾ ਚਾਹੀਦਾ, ਤਾਂ ਕਿ ਹਰ ਵੇਲੇ, ਕਈ ਵੇਲੇ ਇਹ ਵੀ ਨਹੀਂ ਹੁੰਦਾ ਕਿ ਹਰ ਵੇਲੇ ਹਰ ਪਾਰਟੀ ਮਾੜੀ ਹੁੰਦੀ ਆ, ਕਈ ਵੇਲੇ ਇਹ ਵੀ ਨਹੀਂ ਹੁੰਦਾ ਕਿ ਹਰ ਵੇਲੇ ਵਿਅਕਤੀ ਮਾੜਾ ਹੁੰਦਾ। ਇਸ ਲਈ ਬਾਬਾ ਸਾਹਿਬ ਨੇ ਸਾਨੂੰ ਜਿਹੜਾ ਅਧਿਕਾਰ ਦਿੱਤਾ, ਇਹ ਵੋਟ ਦਾ ਅਧਿਕਾਰ ਆ, ਇਹ ਸਭ ਤੋਂ ਵੱਡਾ ਅਧਿਕਾਰ ਆ, ਸਾਨੂੰ ਇਹਦਾ ਸਹੀ ਇਸਤੇਮਾਲ ਕਰਨਾ ਚਾਹੀਦਾ। ਔਰ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਵਾਂ ਕਿ ਸੰਵਿਧਾਨ ਦੇ ਅਕੋਰਡਿੰਗ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ, ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ। ਜਿਹੜੀਆਂ ਸ਼ੈਤਾਨੀ ਤਾਕਤਾਂ ਵਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਵਾਂ, ਸੋ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਅਪੀਲ ਕਰਨਾ ਚਾਹੂੰਗਾ ਕਿ ਸਾਰੇ ਜਣੇ ਆਪਸੀ ਭਾਈਚਾਰੇ ਨਾਲ ਰਹੀਏ, ਤਾਂ ਕਿ ਸਾਡਾ ਇੱਕ ਦੇਸ਼ ਔਰ ਪੰਜਾਬ ਖੁਸ਼ਹਾਲ ਰਹੇ। ਸਰ ਬਹੁਤ ਬਹੁਤ ਧੰਨਵਾਦ ਜੀ। ਸਰ ਆ ਜਾਓ, ਤੁਸੀਂ ਆਓ ਜਿਹੜਾ, ਤੁਸੀਂ ਪਹਿਲਾਂ ਤਾਂ ਆਪਣਾ ਨਾਮ ਦੱਸੋ, ਪਰ ਤੁਸੀਂ ਗੱਲ ਕਰੀ ਸੀਗੀ ਵੀ ਪੜ੍ਹਾਈ ਲਿਖਾਈ ਚਾਹੇ ਜਿੰਨੇ ਮਰਜ਼ੀ ਕਰ ਲਈਏ, ਜੇ ਅਸੀਂ ਸੰਸਕਾਰ ਨਾ ਹੋਏ ਬੱਚਿਆਂ ਨੂੰ ਖੇਡ ਤਾਂ ਕੋਈ ਫਾਇਦਾ ਨਹੀਂ। ਜੈ ਭੀਮ, ਜੈ ਭਰਤ। ਸਰ ਮੇਰਾ ਨਾਮ ਰਿਸ਼ਪਾਲ ਹੈ, ਮੈਂ ਦਲਿਤ ਸੁਰੱਖਿਆ ਸੈਨਾ ਦਾ ਜ਼ਿਲ੍ਹਾ ਪੰਜਾਬ ਦਾ ਪ੍ਰਧਾਨ ਹੈ, ਜੂਸਿੰਗ ਦਾ। ਐਕਚੁਅਲ ਦੇ ਵਿੱਚ ਸਰ ਮੈਂ ਇਸ ਕਰਕੇ ਇਹ ਗੱਲ ਕਹੀ ਹੈ, ਅਸੀਂ ਲੋਕ ਆਪਣੇ ਬੱਚਿਆਂ ਨੂੰ ਸ਼ਿਕਸ਼ਾ ਤਾਂ ਦੁਆ ਰਹੇ ਹਾਂ, ਤੁਸੀਂ ਦੁਆ ਰਹੇ ਹੋ, ਅਸੀਂ ਵੀ ਦੁਆ ਰਹੇ ਹਾਂ, ਸਾਰੇ ਸ਼ਿਕਸ਼ਾ ਵੱਲ ਤੁਰੇ ਪਏ ਹੈ, ਬਟ ਕਿਤੇ ਨਾ ਕਿਤੇ ਸੰਸਕਾਰ ਮਿਸਿੰਗ ਹੈਗੇ ਆ। ਅਸੀਂ ਦੇਖਦੇ ਹਾਂ ਸਾਡੇ ਬੱਚੇ ਗਲੀ ਮੁਹੱਲੇ ਵਿੱਚ ਘੁੰਮਦੇ ਆ ਜਾਂ ਬਾਹਰ ਵੀ ਕਿਤੇ ਘੁੰਮਦੇ ਆ, ਉਹਨਾਂ ਨੂੰ ਥੋੜ੍ਹੀ ਕਿਤੇ ਸੈਂਸ ਕਿਤੇ ਨਾ ਕਿਤੇ ਭੁੱਲਦੀ ਪਈ ਹੈ। ਕਿਸੇ ਨਾਲ ਗੱਲ ਕਰਨ ਦੇ ਬਾਰੇ ਇਸਨੂੰ ਕਹੀਏ ਤਾਂ ਕਿਸੇ ਨੂੰ ਹਾਏ ਹੈਲੋ ਕਰਕੇ ਬੋਲਦੇ ਆ, ਜਾਂ ਫਿਰ ਤੂੰ ਇੱਧਰ ਜਾਂ ਤੁਸੀਂ ਨਾਮ ਦਾ ਕਿਤੇ ਵਰਤੋਂ ਹੀ ਹੈ ਨਹੀਂ ਹੈ। ਤਾਂ ਪਲੀਜ਼ ਆਪਣੇ ਬੱਚਿਆਂ ਨੂੰ ਗਾਈਡ ਜ਼ਰੂਰ ਕਰੋ ਵੀ ਸੰਸਕਾਰ ਜਿਹੜੇ ਉਹ ਨਹੀਂ ਅਸੀਂ ਭੁੱਲਣੇ ਹੈਗੇ, ਵੱਡਿਆਂ ਦਾ ਆਦਰ ਕਰਨਾ ਹੈ, ਵੱਡਿਆਂ ਦੇ ਪੈਰੀਂ ਹੱਥ ਲਾਉਣਾ ਹੈ, ਬਜ਼ੁਰਗਾਂ ਨੂੰ ਸਤਿਕਾਰ ਦੇਣਾ ਹੈ, ਛੋਟੇ ਬੱਚਿਆਂ ਨੂੰ ਸਤਿਕਾਰ ਦੇਣਾ ਹੈਗਾ। ਦੂਜੇ ਨੰਬਰ 'ਤੇ ਜੋ ਸਿੱਖਿਆ ਹੈਗੀ ਹੈ, ਇਹ ਤਾਂ ਜ਼ਰੂਰੀ ਹੈਗੀ ਹੈ, ਪਰ ਸੰਸਕਾਰ ਤਾਂ ਉਹਦੇ ਨਾਲ ਜ਼ਰੂਰੀ ਹੈਗੇ ਆ ਨਾ। ਜੇ ਦੋਨਾਂ ਦਾ ਮੇਲ ਹੋਏਗਾ ਤਾਂ ਹੀ ਅਸੀਂ ਇੱਕ ਅੱਛੇ ਇਨਸਾਨ ਬਣ ਸਕਦੇ ਹਾਂ। ਜੇ ਸਾਨੂੰ ਸਿੱਖਿਆ ਦਿੱਤੀ ਜਾਏ, ਉਹ ਸੰਸਕਾਰ ਸਾਡੇ ਕਿਤੇ ਨਾ ਕਿਤੇ ਮਿਸਿੰਗ ਹੈਗੇ, ਅਸੀਂ ਪੂਰਨ ਰੂਪ ਦੇ ਇਨਸਾਨ ਨਹੀਂ ਹੈਗੇ। ਸਾਰਿਆਂ ਨੂੰ ਸੰਸਕਾਰ ਨਾ ਹੋਣ ਕਰਕੇ ਹੀ ਅੱਜ ਸਾਡੇ ਰਿਸ਼ਤੇ ਤਾਰ ਤਾਰ ਹੁੰਦੇ ਨਜ਼ਰ ਆ ਰਹੇ ਨੇ, ਤਲਾਕ ਹੋ ਰਹੇ ਨੇ, ਭਾਈ ਭਾਈ ਨੂੰ ਨਹੀਂ ਚੱਲ ਰਿਹਾ, ਭੈਣ ਭੈਣ ਨੂੰ ਨਹੀਂ ਚੱਲ ਰਹੀ, ਇਹ ਗੱਲ ਥੋੜ੍ਹੀ ਸਹੀ ਹੈ, ਸੰਸਕਾਰ ਜਿਹੜੇ ਬਿਲਕੁਲ ਹੋਣੇ ਚਾਹੀਦੇ ਹੈ। ਅੱਛਾ, ਤੁਸੀਂ ਗੱਲ ਬਹੁਤ ਕਰੀ ਸੀ ਵੀ ਤੁਸੀਂ ਹੋਟਲ ਚਲਾਉਣਾ, ਜਦੋਂ ਤੁਸੀਂ ਪੁੱਛਦਾ ਤੁਹਾਨੂੰ ਬਿਜ਼ਨਸ ਕਰਦੇ ਹੈ, ਲੋਕ ਤੁਹਾਨੂੰ ਸਲਾਮ ਕਰਦੇ ਹੁੰਦੇ ਆ, ਬਹੁਤ ਵਧੀਆ ਬਿਜ਼ਨਸ ਮੈਨ ਹੋ, ਪਰ ਲੇਕਿਨ ਜਦੋਂ ਕੋਈ ਵੀ ਤੁਹਾਡੇ ਹੋਟਲ ਦੇ ਵਿੱਚ ਰੋਟੀ ਛੱਡਣ ਵਾਸਤੇ ਆਉਂਦਾ, ਉੱਥੇ ਜਾਤ ਪਾਤ ਸਿੱਧਾ ਰੋਟੀ ਆਰਡਰ ਕਰਦੇ ਆ। ਐਕਚੁਲੀ ਕੀ ਹੈਗਾ, ਮੈਨੂੰ ਇਸ ਲਾਈਨ ਦੇ ਵਿੱਚ ਤਕਰੀਬਨ 13 ਤੋਂ 14 ਸਾਲ ਹੋ ਗਏ ਹੈ,
ਠੀਕ ਹੈ, ਮੈਂ ਜੋਬ ਵੀ ਕੀਤੀ ਹੈ, ਜੋਬ ਤੋਂ ਬਾਅਦ ਇੱਕ ਮਨ ਬਣਾਇਆ ਵੀ ਕੁਛ ਨਾ ਕੁਛ ਅਲੱਗ ਕਰਾਂ। ਮੈਂ ਬਿਜ਼ਨਸ ਸਟਾਰਟ ਕੀਤਾ 5 ਸਾਲ ਪਹਿਲੇ, ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ, ਸਾਰੇ ਵੱਡਿਆਂ ਦੀ ਕਿਰਪਾ ਦੇ ਨਾਲ ਮੇਰੇ ਅੱਜ 30+ ਰੈਸਟੋਰੈਂਟ ਹੈਗੇ, ਕੁਛ ਹਿਮਾਚਲ 'ਚ ਹੈਗੇ, ਕੁਛ ਪੰਜਾਬ ਦੇ ਵਿੱਚ ਹੈਗੇ ਹੈ। ਅਤੇ ਠੀਕ ਹੈ, ਜਾਤ ਪਾਤ ਜਿਹੜੀ ਹੈਗੀ ਹੈ ਉਹ ਕੁਛ ਇੱਕ ਅਦਾਰੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈ। ਹਾਂ, ਸਾਡੇ ਕੋਲ ਲੋਕ ਆਉਂਦੇ ਆ, ਕੁਛ ਖਾਣ ਵੀ ਆਉਂਦੇ ਆ, ਕੁਛ ਲੈਣ ਵੀ ਆਉਂਦੇ, ਕੁਛ ਖਰੀਦਦੇ ਆ, ਕੁਛ ਉੱਥੇ ਬਹਿ ਕੇ ਖਾਂਦੇ ਆ, ਕੁਛ ਪੈਕ ਕਰਾ ਕੇ ਲੈ ਕੇ ਜਾਂਦੇ ਆ। ਜਾਤ ਪਾਤ ਨਹੀਂ ਪੁੱਛੀ ਜਾਂਦੀ ਉੱਤੇ, ਬਟ ਜਦੋਂ ਅਸੀਂ ਕਿਤੇ ਮੁਕਾਮ 'ਤੇ ਕਿਸੇ ਸਰਕਾਰੀ ਅਦਾਰੇ ਦੇ ਵਿੱਚ ਜਾਂਦੇ ਹਾਂ, ਸਭ ਤੋਂ ਪਹਿਲੇ ਉਹ ਦੇਖਦੇ ਯਾਰ ਇਹ ਬੰਦਾ ਨਾਲ ਆਇਆ ਹੈਗਾ, ਇਹਦਾ ਲੈਵਲ ਹੈਗਾ ਕੁਛ ਨਾ ਕੁਛ, ਅੱਜ ਇਹ ਕਿਸੇ ਲੈਵਲ 'ਤੇ ਪਹੁੰਚਿਆ ਹੋਇਆ, ਤੁਹਾਡੀ ਜਾਤ ਕੀ ਹੈਗੀ ਹੈ। ਉਹ ਜਿਸਲੇ ਸਾਡੀ ਜਾਤ ਪੁੱਛਦਾ, ਠੀਕ ਹੈ ਸਾਡੀ ਜਾਤ ਜੋ ਵੀ ਹੈਗੀ ਹੈ, ਅਸੀਂ ਛੋਟੀ ਕਾਸਟ ਨੂੰ ਬਿਲੋਂਗ ਕਰਦੇ ਹਾਂ, ਅਸੀਂ ਐਸ ਸੀ ਕਾਸਟ ਨੂੰ ਬਿਲੋਂਗ ਕਰਦੇ ਹਾਂ, ਅਸੀਂ ਰਵਿਦਾਸ ਭਾਈਚਾਰੇ ਨੂੰ ਬਿਲੋਂਗ ਕਰਦੇ ਹਾਂ, ਚਾਹੇ ਬਾਲਮੀਕ ਭਾਈਚਾਰੇ ਨੂੰ ਬਿਲੋਂਗ ਕਰਦੇ ਹਾਂ, ਅਸੀਂ ਆਪਣੀ ਕਾਸਟ ਤੋਂ ਕੋਈ ਚਿੰਤਾ ਨਹੀਂ ਹੈਗੇ, ਅਸੀਂ ਦੱਸਦੇ ਹੈਗੇ ਹਾਂ। ਬਟ ਉਹ ਜਿਹੜੀ ਸਾਡੀ ਕਾਸਟ ਹੈਗੀ ਆ ਉਹ ਫਿਰ ਪਿੱਛੇ ਹੋ ਜਾਂਦੀ ਥੋੜ੍ਹੀ ਜਿਹੀ। ਕਿਉਂ ਹੋ ਜਾਂਦੀ ਹੈ? ਕਿਉਂਕਿ ਅਸੀਂ ਇੱਕ ਮਾਨ ਸਨਮਾਨ ਸਮਾਜ ਵਿੱਚ ਲੈ ਲਿਆ ਹੈਗਾ, ਉਹਦੇ ਪਿੱਛੇ ਰੀਜ਼ਨ ਕਿਹਾ ਅਸੀਂ ਪੜ੍ਹਾਈ ਕੀਤੀ ਹੈ। ਮੈਂ ਤਾਂ ਹੀ ਕਹਿੰਦਾ ਸ਼ਿਕਸ਼ਾ ਤੁਸੀਂ ਲਓਗੇ ਤਾਂ ਤੁਹਾਨੂੰ ਸਾਰੇ ਸਲਾਮਾਂ ਕਰਨਗੇ, ਜੇ ਤੁਸੀਂ ਉੱਚ ਸ਼ਿਕਸ਼ਾ ਨਹੀਂ ਲਓਗੇ ਤਾਂ ਚਾਹੇ ਤੁਸੀਂ ਕੁਛ ਵੀ ਕਰ ਲਓ, ਚਾਹੇ ਤੁਸੀਂ ਕੁਛ ਵੀ ਕਰ ਲਓ, ਜੇ ਤੁਹਾਨੂੰ ਸ਼ਿਕਸ਼ਾ ਨਹੀਂ ਹੈਗੀ, ਤੁਹਾਡੇ ਕੋਲ ਸਮਾਜ ਵਿੱਚ ਇੱਕ ਰਹਿਣ ਦਾ ਕੋਈ ਉਹ ਨਹੀਂ ਹੈਗਾ, ਮਤਲਬ ਮੀਨ ਸਮਝ ਲਓ ਵੀ ਤੁਹਾਡੇ ਕੋਲ ਕੋਈ ਜ਼ਰੀਆ ਨਹੀਂ ਹੈਗਾ ਆਪਣੇ ਆਪ ਨੂੰ ਪਰਖਣ ਦਾ, ਆਪਣੇ ਆਪ ਨੂੰ ਦੱਸਣ ਦਾ, ਉਦੋਂ ਤੱਕ ਤੁਹਾਡਾ ਮਾਣ ਸਤਿਕਾਰ ਕਿਤੇ ਵੀ ਨਹੀਂ ਹੋਣਾ ਹੈਗਾ। ਤੁਹਾਨੂੰ ਆਪਣਾ ਮਾਣ ਸਤਿਕਾਰ ਤਾਂ ਹੀ ਕਰਵਾਉਣ ਦਾ ਮੌਕਾ ਮਿਲਣਾ ਜੇ ਤੁਹਾਡੇ ਕੋਲ ਸ਼ਿਕਸ਼ਾ ਹੋਏਗੀ, ਤੁਹਾਡੇ ਕੋਲ ਕੁਛ ਨਾ ਕੁਛ ਹੋਏਗਾ। ਬਿਲਕੁਲ ਜੀ, ਬਹੁਤ ਬਹੁਤ ਵਧੀਆ ਗੱਲ ਤੁਸੀਂ ਕਰੀ ਹੈ। ਹਾਂਜੀ ਬਾਬਾ ਜੀ, ਤੁਸੀਂ ਜੋ ਦੇਖ ਕੇ ਦੱਸ ਸਕਦੇ ਜਿਹੜੀਆਂ ਅਸੀਂ ਗੱਲਾਂ, ਵਾਕਈ ਗੱਲ ਸੀਗਾ ਮਾਣ ਸਨਮਾਨ ਤਾਂ ਹੀ ਹੋਊਗਾ ਜ਼ਰੂਰੀ ਹੋਣੇ ਚਾਹੀਦੇ ਜੇ ਅੱਛਾ ਰਿਸ਼ਤੇਦਾਰਦਾਰ ਹੁੰਦੇ ਜਾ ਰਹੇ ਵੀ ਸਾਨੂੰ ਬੜੇ ਛੋਟੇ ਦੀ ਪਛਾਣ ਨਹੀਂ ਹੈਗੀ ਹੈ, ਜਦ ਤੱਕ ਆਪ ਤੋਂ ਵੱਡਿਆਂ ਦਾ ਪਰਿਵਾਰ ਬਹੁਤ ਜ਼ਰੂਰੀ ਹੈ ਅਤੇ ਬਹੁਤ ਵਧੀਆ ਭਾਈ ਜੀ ਗੱਲਬਾਤ ਜਾਣਾ ਕਰਕੇ ਆਪਣੇ ਬੱਚਿਆਂ ਨੂੰ ਸਿੱਖਾ ਦਿਓ ਆਪਦੇ ਵੱਡਿਆਂ ਦਾ ਕਿੰਨੀ ਸਤਿਕਾਰ ਕਰਨਾ ਅਤੇ ਆਪਣੇ ਧਰਮ ਦਾ ਸਤਿਕਾਰ ਕਰਨਾ ਅਤੇ ਸਾਡੇ ਬੱਚੇ ਇਸ ਤਰ੍ਹਾਂ ਸ਼ਬੰਧੀ ਵਾਲੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ। ਬਿਲਕੁਲ ਜੀ, ਗੱਲ ਸਹੀ ਹੈ ਜੀ, ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ, ਪਰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਇਹ ਵਿਸ਼ਾ ਵੀ ਅਲੱਗ ਹੋਣਾ ਚਾਹੀਦਾ ਕਿ ਜਿੱਥੇ ਅਸੀਂ ਸੰਸਕਾਰਾਂ ਦੀ ਗੱਲ ਕਰੀਏ, ਅਸੀਂ ਇਕਜੁੱਟਤਾ ਦੀ ਗੱਲ ਕਰੀਏ, ਅਸੀਂ ਇੱਕ ਦੂਸਰੇ ਨੂੰ ਵੱਖ ਵੱਖ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਜਾਤ ਪਾਤ ਦੇ ਵਿੱਚ ਵੰਡਿਆ ਜਾਂਦਾ ਹੈ, ਪਰ ਲੇਕਿਨ ਜਦੋਂ ਅਸੀਂ ਕਿਸੇ ਵੀ ਕੰਪਨੀ ਜਾਂ ਕਿਸੇ ਜਗ੍ਹਾ 'ਤੇ ਇੰਟਰਵਿਊ ਦੇਣ ਵਾਸਤੇ ਜਾਂਦੇ ਹਾਂ ਤਾਂ ਉਹਦੇ ਵਿੱਚ ਸਾਡੀ ਯੋਗਤਾ ਲਿਖੀ ਜਾਂਦੀ ਹੈ, ਨਾ ਕੋਈ ਜਾਤੀ ਲਿਖੀ ਜਾਂਦੀ ਹੈ, ਅਤੇ ਜੋ ਯੋਗਤਾ ਦੇ ਅਧਾਰ 'ਤੇ ਸਾਨੂੰ ਕਿਸੇ ਵੀ ਚੀਜ਼ ਦੀ ਨੌਕਰੀ ਜਿਹੜੀ ਹੈ ਮਿਲਦੀ ਹੈ। ਬਹੁਤ ਬਹੁਤ ਧੰਨਵਾਦ ਸਰ।